ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਤੁਸੀਂ ਸਾਰੇ? ਉਮੀਦ ਹੈ ਸਾਰੇ ਜਾਣੇ ਆਪਣੇ ਘਰ ਬਹੁਤ ਖੁਸ਼ ਹੋਵੋਗੇ ਅਤੇ ਵਧੀਆ ਹੋਵੋਗੇ, ਅਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਅਤੇ ਉੱਦਣ ਮੈਂ ਵੀਡੀਓ ਪਾਈ ਸੀਗੀ ਇਨਕਮ ਦੀ ਕਿ ਯੂਟਿਊਬ ਤੋਂ ਮੈਨੂੰ ਕਿੰਨੀ ਇਨਕਮ ਆਈ ਆ ਮੰਥਲੀ, ਹੈ ਨਾ, ਕਿਉਂਕਿ ਤੁਸੀਂ ਸਾਰੇ ਕਾਫੀ ਕਮੈਂਟ ਕਰਦੇ ਹੋ ਕਿ ਕੋਈ ਆ ਯੂਟਿਊਬਰ ਆ ਜਾਂ ਹੈ ਨਾ ਕੋਈ ਆ ਯੂਟਿਊਬ ਦੀ ਜਿਹੜੀ ਪਰਫੈਕਟ ਇਨਕਮ ਦੱਸਦਾ ਵਾ, ਨਹੀਂ ਤਾਂ ਨਹੀਂ ਦੱਸਦੇ ਹੈਗੇ ਕੋਈ ਵੀ। ਇਹ ਗੱਲ ਤਾਂ ਮੈਨੂੰ ਵੀ ਪਤਾ ਵਾ, ਅਤੇ ਐਗਜੈਕਟ ਮੈਂ ਵੀ ਨਹੀਂ ਦੱਸ ਸਕਦੀ ਸੀਗੀ ਪ੍ਰੋਪਰ, ਕਿ ਜਿੱਦਾਂ ਆਪਾਂ ਕਹਿ ਦਈਏ ਕਿ 1 ਰੁਪਈਆ ਵੀ ਇੱਧਰ ਉੱਧਰ, ਨਹੀਂ ਉਹ ਨਹੀਂ ਦੱਸ ਸਕਦੀ ਸੀ ਕਿਉਂਕਿ ਉਹ ਅਗੇਂਸਟ ਆ ਯੂਟਿਊਬ ਨੂੰ, ਮੈਂ ਉੱਦਣ ਵੀ ਦੱਸਿਆ। ਅਤੇ ਬਾਕੀ ਜੀ ਤੁਸੀਂ ਇਹ ਕਮੈਂਟ ਕਰ ਰਹੇ ਹੋ ਕਿ ਤੁਸੀਂ ਇੰਸਟਾਗ੍ਰਾਮ 'ਤੇ ਹੋਰ ਦੱਸੀ ਆ ਅਤੇ ਯੂਟਿਊਬ 'ਤੇ ਇਨਕਮ ਹੋਰ ਦੱਸੀ ਆ, ਇੱਦਾਂ ਦੀ ਕੋਈ ਗੱਲ ਨਹੀਂ ਆ। ਮੈਂ ਜਿਹੜੀ ਯੂਟਿਊਬ ਦੀ ਇਨਕਮ ਉਹ ਯੂਟਿਊਬ 'ਤੇ ਦੱਸੀ ਆ, ਇੰਸਟਾਗ੍ਰਾਮ 'ਤੇ ਮੈਂ ਜਿਹੜਾ ਕੰਮ ਕਰਦੀ ਹਾਂ ਉਹਦੀ ਮੈਂ ਇੰਸਟਾਗ੍ਰਾਮ 'ਤੇ ਦੱਸੀ ਆ। ਮੈਂ ਜੀ ਹੋਮ ਵਰਕ ਕਰਨ ਦੀ ਹਾਂ, ਇਹ ਤੁਹਾਨੂੰ ਵੀ ਪਤਾ ਵਾ ਕਿਉਂਕਿ ਮੈਂ ਵੀਡੀਓ ਵੀ ਪਾਈ ਸੀ ਇਹਦੇ 'ਤੇ, ਕਾਫੀ ਮਤਲਬ ਇੰਨੀ ਪਸੰਦ ਨਹੀਂ ਸੀ ਇਹਦੀ, ਕਿਉਂਕਿ ਹੁਣ ਧੱਕੇ ਨਾਲ ਆਪਾਂ ਕਿਸੇ ਨੂੰ ਕੰਮ ਕਰਨ ਨਹੀਂ ਲਾ ਸਕਦੇ ਹੈਗੇ। ਬਾਕੀ ਇਹ ਹੁੰਦਾ ਆ ਕਿ ਜਦੋਂ ਵੀ ਆਪਾਂ ਕੋਈ ਕੰਮ ਕਰਨਾ, ਮਤਲਬ ਕੋਈ ਵੀ ਆਪਾਂ ਘਰ ਦਾ ਵੀਡੀਓਜ਼ ਦਾ ਕੰਮ ਕਰਨਾ, ਯੂਟਿਊਬ ਦਾ ਕਹਿ ਦਈਏ, ਕੋਈ ਵੀ ਆਪਾਂ ਔਨਲਾਈਨ ਬਿਜ਼ਨਸ ਅੱਜ ਬਹੁਤ ਆ, ਜੇ ਆਪਾਂ ਮਿਹਨਤ ਕਰਾਂਗੇ ਨਾ ਤਾਂ ਆਪਾਂ ਹਰ ਇੱਕ ਵਿੱਚ ਕਾਮਯਾਬ ਹੋਵਾਂਗੇ। ਹਾਂ ਮੈਨੂੰ ਪਤਾ ਵਾ ਜਦੋਂ ਆਪਾਂ ਕੰਮ ਸ਼ੁਰੂ ਕਰਦੇ ਹਾਂ ਨਾ ਤਾਂ ਉਦੋਂ ਬਹੁਤ ਜ਼ਿਆਦਾ ਮਤਲਬ ਦਿੱਕਤਾਂ ਆਉਂਦੀਆਂ ਵਾ, ਬਹੁਤ ਜ਼ਿਆਦਾ ਕੁਛ ਫੇਸ ਕਰਕੇ ਅਤੇ ਫਿਰ ਗਾੜੀ ਕੰਮ ਜਿਹੜਾ ਨਿਭਦਾ ਵਾ, ਕਿਉਂਕਿ ਮੈਨੂੰ ਵੀ 3 ਸਾਲ ਹੋ ਗਏ, 3 ਸਾਢੇ 3 ਸਾਲ ਹੋ ਗਏ ਯੂਟਿਊਬ ਦਾ ਕੰਮ ਕਰਦੀ ਨੂੰ, ਅਤੇ ਹੁਣ ਜਦੋਂ ਥੋੜ੍ਹਾ ਚਿਰ ਪਹਿਲਾਂ ਮੈਨੂੰ ਇਨਕਮ ਆਉਣ ਲੱਗੀ ਆ, ਮਤਲਬ ਕਿ 6 ਮਹੀਨੇ ਬਾਅਦ, ਮੈਂ ਝੂਠ ਨਹੀਂ ਬੋਲਣਾ, ਜਦੋਂ ਚੈਨਲ ਸ਼ੁਰੂ ਕੀਤਾ 6 ਮਹੀਨੇ ਬਾਅਦ ਮੈਨੂੰ ਮੋਨੀਟਾਈਜ਼ ਹੋ ਗਿਆ ਸੀਗਾ, ਪਰ ਇੱਦਾਂ ਹੀ ਵਿੱਚੋਂ ਵੀਡੀਓ ਪਾਉਣੀਆਂ ਘੱਟ ਕਰਤੀਆਂ, ਮਿਹਨਤ ਘੱਟ ਗਈ ਅਤੇ ਪੈਸੇ ਆਉਣੇ ਘੱਟ ਗਏ। ਮਿਹਨਤ ਕਰਾਂਗੇ ਫਿਰ ਹੀ ਇਨਕਮ ਆਊਗੀ। ਹੁਣ ਆਪਾਂ ਔਨਲਾਈਨ ਵਰਕ ਵੀ ਇੱਦਾਂ ਹੀ ਆ, ਜੇ ਆਪਾਂ ਉਹ ਪੀਪਲ ਚੇਨ ਬਣਾਉਣੀ ਆ, ਜੇ ਆਪਾਂ ਮਿਹਨਤ ਕਰਾਂਗੇ, ਕਿਸੇ ਨੂੰ ਆਪਣਾ ਕੰਮ ਸਮਝਾਵਾਂਗੇ, ਅਤੇ ਫਿਰ ਹੀ ਸਾਡਾ ਅਤੇ ਅਗਲੇ ਬੰਦੇ ਦਾ ਫਾਇਦਾ ਹੋਊਗਾ। ਹਰ ਸਾਰੀ ਗੱਲ ਮਿਹਨਤ ਦੀ ਆ। ਹੁਣ ਮੈਂ ਇਹ ਉਹ ਮਤਲਬ ਕਿ ਜਿੱਦਾਂ ਆਪਾਂ ਕਹਿ ਦਈਏ ਕਿ ਪ੍ਰਮੋਸ਼ਨਾਂ ਵੀ ਹੁੰਦੀਆਂ ਸਾਨੂੰ ਇੰਸਟਾਗ੍ਰਾਮ 'ਤੇ, ਅਤੇ ਪਰ ਇਹ ਕਿ ਪ੍ਰਮੋਸ਼ਨਾਂ ਆਪਾਂ ਉਹ ਚੀਜ਼ ਦੀਆਂ, ਮੈਂ ਉਹ ਚੀਜ਼ ਦੀਆਂ ਪ੍ਰਮੋਸ਼ਨਾਂ ਕਰਨੀਆਂ ਜਿਹੜੀਆਂ ਮੈਂ ਖੁਦ ਮਤਲਬ ਕਰਦੀ ਹਾਂ। ਹਾਂ ਸਾਰੇ ਪੈਸੇ ਲਈ ਕਰਦੇ ਆ ਕਿ ਪੈਸੇ ਲਈ ਤਾਂ, ਪਰ ਇਹ ਜਿਹੜਾ ਕੰਮ ਸੀਗਾ ਇਹ ਮੇਰੀ ਫਰੈਂਡ ਦਾ ਸੀਗਾ, ਮੇਰੀ ਫਰੈਂਡ ਆ ਖੁਦ, ਮੇਰੀ ਮਾਸੀ ਜੀ ਦੀ ਗਾੜੀ ਰਿਲੇਟਿਵ ਆ ਅਤੇ ਮੇਰੀ ਫਰੈਂਡ ਆ ਖਾਸ ਤੌਰ 'ਤੇ, ਅਤੇ ਉਹਨਾਂ ਨੇ ਮੈਨੂੰ ਇਹ ਕੰਮ ਦੱਸਿਆ ਜੋ ਕਿ ਉਹਨਾਂ ਦੀ ਵੀ ਬੇਬੀ ਆ, ਵਧੀਆ ਉਹਨਾਂ ਦਾ ਕੰਮ ਚੱਲ ਰਿਹਾ ਸੀਗਾ, ਉਹਨਾਂ ਨੇ ਕਿਹਾ ਚਲੋ ਤੁਹਾਨੂੰ ਹੈਲਪ ਹੋ ਜੂਗੀ ਹੈ ਨਾ, ਅਤੇ ਤੁਸੀਂ ਇਹ ਕੰਮ ਇੱਕ ਵਾਰੀ ਮੇਰੇ ਕਹਿਣ 'ਤੇ ਸ਼ੁਰੂ ਕਰ ਲਓ। ਅਤੇ ਮੈਂ ਕੀਤਾ, ਮੈਨੂੰ ਪ੍ਰੋਫਿਟ ਹੋਇਆ, ਇਨਕਮ ਆਉਣ ਲੱਗ ਗਈ, ਅਤੇ ਫਿਰ ਮੈਂ ਇਹਦੇ ਮਤਲਬ ਕਿ ਸਟੇਟਸ ਲਾਏ ਅਤੇ ਸਾਰਾ ਕੁਛ ਦੱਸਿਆ ਕਿ ਜਿਨ੍ਹਾਂ ਨੂੰ ਇਨਵੈਸਟਮੈਂਟ ਕਰਨੀ, 2000 ਰੁਪਇਆ ਇਨਵੈਸਟਮੈਂਟ ਕਰਕੇ ਤੁਸੀਂ ਨਾਲ ਪੀਪਲ ਜੋੜ ਕੇ ਅਤੇ ਆਪਣੀ ਕਮਾਈ ਕਰ ਸਕਦੇ ਹੋ ਆਪਣੇ ਘਰ ਬੈਠੇ, ਕਿਉਂਕਿ ਅੱਜ ਕੱਲ੍ਹ ਪੈਸਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਆ। ਜਿੱਥੋਂ ਵੀ ਪੈਸਾ ਆਉਂਦਾ ਸਾਨੂੰ ਹੁੰਦਾ ਕਿ ਅਸੀਂ ਉਹ ਕੰਮ ਕਰੀਏ ਅਤੇ ਸਾਨੂੰ ਪੈਸਾ ਆਵੇ। ਇੱਦਾਂ ਤਾਂ ਕੋਈ ਨਹੀਂ ਅੱਜ ਕੱਲ੍ਹ ਕਿ ਜਿਹੜਾ ਕਹਿੰਦਾ ਹੋਏ ਕਿ ਨਹੀਂ ਕੋਈ ਗੱਲ ਨਹੀਂ, ਹੈ ਨਾ, ਇੱਦਾਂ ਤਾਂ ਅੱਜ ਕੱਲ੍ਹ ਕੋਈ ਵੀ ਨਹੀਂ ਹੈਗਾ। ਅਤੇ ਬਾਕੀ ਜਿਹੜਾ ਮੈਂ ਯੂਟਿਊਬ 'ਤੇ ਪਾਇਆ ਸੀਗਾ 15 ਦਿਨ ਦੀ ਇਨਕਮ ਵਾਲਾ ਸਟੇਟਸ, ਸੋਰੀ ਇੰਸਟਾਗ੍ਰਾਮ 'ਤੇ, ਜਿਹੜਾ ਮੈਂ ਇੰਸਟਾਗ੍ਰਾਮ 'ਤੇ ਪਾਇਆ ਸੀਗਾ 15 ਦਿਨ, 8000 ਰੁਪਇਆ ਬਣਿਆ ਸੀਗਾ ਮੇਰਾ ਉੱਥੇ 15 ਦਿਨਾਂ ਦੀ ਇਨਕਮ ਦਾ, ਉਹ ਆ ਜੀ ਮੇਰਾ ਗਿਆਨ ਕਮਾਓ ਵਰਕ ਆ, ਔਨਲਾਈਨ ਮੈਂ ਕਰਦੀ ਹਾਂ ਉਹਦਾ। ਅਤੇ ਜਿਹੜਾ ਮੈਂ ਯੂਟਿਊਬ 'ਤੇ ਆਪਣੀ ਦੱਸੀ ਸੀਗੀ 40 ਤੋਂ 50 ਹਜ਼ਾਰ ਰੁਪਇਆ, ਉਹ ਆ ਯੂਟਿਊਬ ਦੀ ਇਨਕਮ। ਅਤੇ ਇਹਦੇ ਵਿੱਚ ਮੈਂ ਕੁਛ ਵੀ ਝੂਠ ਨਹੀਂ ਬੋਲਿਆ ਹੈਗਾ, ਬਿਲਕੁਲ ਰੇਅਰ ਤੁਹਾਨੂੰ ਦੱਸਿਆ ਵਾ, ਸੱਚਾਈ ਦੱਸੀ ਆ। ਅਤੇ ਬਾਕੀ ਉਹ ਜਿਹੜਾ ਕੰਮ ਆ ਔਨਲਾਈਨ ਇੰਸਟਾਗ੍ਰਾਮ 'ਤੇ, ਤੁਸੀਂ ਕਾਫੀ ਮਤਲਬ ਕਿ ਮੈਸੇਜ ਕਰਦੇ ਹੋ ਮੈਨੂੰ ਪਤਾ ਵਾ, ਰਿਕੁਐਸਟਾਂ 'ਚ ਬਹੁਤ ਮੈਸੇਜ, ਮੈਂ ਸਾਰਿਆਂ ਨੂੰ ਮਤਲਬ ਰਿਕੁਐਸਟਾਂ ਦੇਖਦੀ ਹਾਂ, ਇੱਦਾਂ ਦੀ ਗੱਲ ਨਹੀਂ ਕਿ ਮੈਂ ਨਹੀਂ ਦੇਖਦੀ, ਪਰ ਬੱਚਿਆਂ ਨਾਲ ਘਰ ਵਿੱਚ ਵੀਡੀਓਜ਼ ਦਾ ਵੀ ਕੰਮ ਆ,
ਅਤੇ ਘਰ ਵਿੱਚ ਕੰਮ ਬਹੁਤ ਜ਼ਿਆਦਾ ਹੁੰਦਾ, ਟਾਈਮ ਥੋੜ੍ਹਾ ਹੁੰਦਾ, ਇਸ ਕਰਕੇ ਮੈਂ ਜੇ ਸਾਰਿਆਂ ਨਾਲ ਕੋਲ 'ਤੇ ਜਾਂ ਮੈਸੇਜਾਂ 'ਚ ਗੱਲ ਕਰਨ ਲੱਗਾ ਨਾ ਫਿਰ ਬੜਾ ਔਖਾ ਹੋ ਜਾਂਦਾ, ਸਾਰਿਆਂ ਨਾਲ ਮੈਂ ਗੱਲ ਨਹੀਂ ਕਰ ਸਕਦੀ ਕੁਛ। ਤੁਹਾਨੂੰ ਪਤਾ ਅੱਜ ਕੱਲ੍ਹ ਜਿੱਦਾਂ ਦਾ ਜ਼ਮਾਨਾ, ਮੈਂ ਕਿਸੇ ਦਾ ਰਿਕੁਐਸਟ ਅਸੈਪਟ ਹੀ ਨਹੀਂ ਕਰਦੀ ਹੈਗੀ ਇੰਸਟਾਗ੍ਰਾਮ 'ਤੇ। ਅਤੇ ਬਾਕੀ ਜੇ ਮੈਨੂੰ ਕੋਈ ਕਹਿੰਦਾ ਯੂਟਿਊਬ ਵੱਲੋਂ, ਫਿਰ ਵੀ ਮੈਨੂੰ ਅੰਦਰ ਡਰ ਲੱਗਦਾ ਕਿ ਪਤਾ ਨਹੀਂ ਹੈ ਨਾ ਕਿੱਦਾਂ ਆਇਆ ਜਾਂ ਕਿੱਦਾਂ ਨਹੀਂ ਆ। ਅਤੇ ਇਸ ਕਰਕੇ ਮੈਨੂੰ ਹੁੰਦਾ, ਮੈਂ ਸਾਰਿਆਂ ਨੂੰ ਇਹ ਜ਼ਰੂਰ ਰਿਪਲਾਈ ਕਰ ਦਿੰਦੀ ਹਾਂ ਕਿ ਮੈਂ ਲੜਕੀਆਂ ਜਿੰਨੀਆਂ ਹੋਣ, ਮੈਂ ਸਾਰਿਆਂ ਨੂੰ ਰਿਪਲਾਈ ਜ਼ਰੂਰ ਕਰ ਦਿੰਦੀ ਕਿ ਮੈਂ ਯੂਟਿਊਬ 'ਤੇ ਜਾਂ ਇੰਸਟਾਗ੍ਰਾਮ 'ਤੇ ਇਹਦੇ ਅਕੋਰਡਿੰਗ ਜਿਹੜੀ ਆ ਵੀਡੀਓ ਪਾਈ ਆ, ਤੁਸੀਂ ਉਹ ਤੋਂ ਵੇਖ ਲਓ। ਅਤੇ ਜੇ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਕਿ ਤੁਸੀਂ ਰਿਪਲਾਈ ਨਹੀਂ ਕਰਦੇ, ਤੁਸੀਂ ਦੱਸਦੇ ਨਹੀਂ, ਮੇਰੀ ਆਪਣੇ ਦਿਲ 'ਚ ਇਹੋ ਹੀ ਗੱਲ ਹੁੰਦੀ ਕਿ ਮੈਂ ਤੁਹਾਡੀ ਸਾਰਿਆਂ ਦੀ ਹੈਲਪ ਕਰਦਾ, ਕਿਸੇ ਵੀ ਤਰੀਕੇ ਨਾਲ ਤੁਹਾਡੀ ਹੈਲਪ ਹੋ ਜੇ ਤਾਂ ਚਲੋ ਤੁਸੀਂ ਵੀ ਇਨਕਮ ਕਰਨ ਲੱਗ ਜਾਓ। ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਆਪਾਂ ਇਨਕਮ ਕਰਾਂਗੇ ਉਹ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ, ਹੈ ਨਾ। ਘਰ ਬੈਠੇ, ਖਾਸ ਕਰਕੇ ਜੇ ਆਪਾਂ ਘਰ ਬੈਠੇ ਇਨਕਮ ਕਰ ਰਹੇ ਹਾਂ ਨਾ ਅੱਜ ਕੱਲ੍ਹ, ਤਾਂ ਉਹ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਕਿਉਂਕਿ ਘਰ ਬੈਠੇ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਔਨਲਾਈਨ ਕੰਮ ਕਰਨਾ ਬਹੁਤ ਮਿਹਨਤ ਆ, ਮੈਂ ਨਹੀਂ ਕਹਿੰਦੀ ਸੌਖਾ ਵਾ, ਮਿਹਨਤ ਬਹੁਤ ਆ ਹਾਊਸ ਵਾਈਫ ਵਾਸਤੇ, ਕਿਉਂਕਿ ਮੈਂ ਵੀ ਇੱਕ ਹਾਊਸ ਵਾਈਫ ਹਾਂ, ਮੇਰੇ ਦੋ ਬੇਟੀਆਂ ਤੁਹਾਨੂੰ ਪਤਾ, ਅਤੇ ਸਾਰਾ ਕੁਝ ਮੈਨੇਜ ਕਰਨਾ, ਘਰ ਦਾ ਕੰਮ ਵੀ ਕਰਨਾ, ਇਹ ਸਭ ਔਨਲਾਈਨ ਵਰਕ ਵੀ ਕਰਨਾ ਸੌਖਾ ਨਹੀਂ ਹੈਗਾ, ਬਹੁਤ ਔਖਾ ਵਾ, ਮੈਨੂੰ ਪਤਾ ਵਾ। ਪਰ ਜਦੋਂ ਕਹਿੰਦੇ ਆ ਨਾ ਕਿ ਜਦੋਂ ਆਪਾਂ ਸਫਲ ਹੋਣਾ ਹੁੰਦਾ ਨਾ ਕਿਸੇ ਵੀ ਕੰਮ 'ਚ, ਉਦੋਂ ਬੜੀਆਂ ਮੁਸ਼ਕਲਾਂ ਆਉਂਦੀਆਂ, ਤਾਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਜੇ ਆਪਾਂ ਲੰਘ ਜਾਂਗੇ ਨਾ ਉਹ ਟਾਈਮ 'ਚੋਂ, ਤਾਂ ਫਿਰ ਸਾਨੂੰ ਕਾਮਯਾਬੀ ਜ਼ਰੂਰ ਮਿਲਦੀ ਆ। ਅਤੇ ਮੈਂ ਧੱਕੇ ਨਾਲ ਨਹੀਂ ਕਿਸੇ ਨੂੰ ਕਹਿੰਦੀ ਕਿ ਤੁਸੀਂ ਔਨਲਾਈਨ ਵਰਕ ਕਰੋ ਜਾਂ ਹੈ ਨਾ, ਕਿਸੇ ਨੂੰ ਨਹੀਂ, ਮੈਂ ਸਿਰਫ ਦੱਸਿਆ ਕਿ ਹਾਂ ਇਹਦੇ 'ਚੋਂ ਪ੍ਰੋਫਿਟ ਹੁੰਦਾ, ਇਹ ਕੋਈ ਫੇਕ ਨਹੀਂ ਹੈਗਾ, ਮੈਂ ਖੁਦ ਇਹ ਤੋਂ ਪ੍ਰੋਫਿਟ ਕਰ ਰਹੀ ਹਾਂ, ਅਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਅਤੇ ਆਹ ਕਮੈਂਟ ਬਹੁਤ ਆਇਆ ਸੀਗਾ, ਕਿਉਂਕਿ ਜਿਹੜੇ ਪਬਲਿਕ ਮੇਰੀ ਇੰਸਟਾਗ੍ਰਾਮ 'ਤੇ ਉਹੀ ਮੇਰੀ ਯੂਟਿਊਬ 'ਤੇ ਵੀ ਆ, ਅਤੇ ਮੈਂ ਨਹੀਂ ਚਾਹੁੰਦੀ ਕਿ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਹੋਏ ਕਿ ਮੈਂ ਝੂਠ ਬੋਲਿਆ ਜਾਂ ਕਿੱਦਾਂ, ਇਸ ਕਰਕੇ ਮੈਂ ਇਹ ਗੱਲ ਜ਼ਰੂਰ ਤੁਹਾਡੇ ਸਾਰਿਆਂ ਨਾਲ ਕਲੀਅਰ ਕਰਨੀ ਸੀ, ਅਤੇ ਇਸ ਕਰਕੇ ਮੈਂ ਆਹ ਵੀਡੀਓ ਲੈ ਕੇ ਆਈ ਹਾਂ। ਬਾਕੀ ਇੱਦਾਂ ਹੀ ਵੀਡੀਓ ਨੂੰ ਪਲੀਜ਼ ਪਿਆਰ ਦਿੰਦੇ ਰਹੋ ਜਿੱਦਾਂ ਦਿੰਦੇ ਹੋ, ਅਤੇ ਕੁਛ ਝੂਠ ਨਹੀਂ ਮੈਂ ਤੁਹਾਡੇ ਅੱਗੇ ਲੈ ਕੇ ਆਵਾਂਗੀ, ਅਤੇ ਜੋ ਵੀ ਸੱਚ ਹੋਊਗਾ ਮੇਰੀ ਲਾਈਫ ਦਾ ਉਹ ਮੈਂ ਤੁਹਾਡੇ ਅੱਗੇ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂ, ਕਿਉਂਕਿ ਤੁਸੀਂ ਸਾਰੇ ਬਹੁਤ ਪਿਆਰ ਕਰਦੇ ਜੇ, ਅਤੇ ਤੁਹਾਡੀ ਸਪੋਰਟ ਕਰਕੇ ਅੱਜ ਮੈਂ ਇੰਨੀ ਕੁ ਮਤਲਬ ਕਿ ਆਪਣੇ ਸਿਰ 'ਤੇ ਨਿਰਭਰ ਹੋਈ ਹਾਂ, ਅਤੇ ਆਈ ਹੋਪ ਤੁਸੀਂ ਮੈਨੂੰ ਇੱਦਾਂ ਹੀ ਪਿਆਰ ਕਰਦੇ ਰਹੋਗੇ। ਅਤੇ ਥੈਂਕ ਯੂ ਤੁਹਾਡੇ ਸਾਰਿਆਂ ਦਾ, ਜਿਹੜੀ ਵੀ ਤੁਹਾਡੇ ਦਿਲ 'ਚ ਜਾਂ ਕੋਈ ਗੱਲ ਹੁੰਦੀ ਮੇਰੀ ਵੀਡੀਓ ਦੇ ਬਾਰੇ, ਤੁਹਾਨੂੰ ਕੁਛ ਗਲਤ ਲੱਗਦਾ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ, ਮੈਂ ਜ਼ਰੂਰ ਉਹਦਾ ਆਨਸਰ ਕਰੂੰਗੀ, ਇੱਦਾਂ ਦੀ ਗੱਲ ਨਹੀਂ ਹੈ। ਅਤੇ ਬਾਕੀ ਇੰਸਟਾਗ੍ਰਾਮ 'ਤੇ ਔਖਾ, ਜਦ ਮੈਂ ਕਹਾਂ ਫਰੈਂਡ ਰਿਕੁਐਸਟਾਂ ਚੁੱਕ ਕੇ ਉਹ ਥੋੜ੍ਹਾ ਜਿਹਾ ਮੇਰੇ ਵਾਸਤੇ ਟੱਫ ਆ। ਅਤੇ ਬਾਕੀ ਜੇ ਜ਼ਰੂਰੀ ਗੱਲ ਹੁੰਦੀ ਤੁਸੀਂ ਕਮੈਂਟ ਕਰ ਦਿਆ ਕਰੋ, ਮੈਂ ਇੱਦਾਂ ਵੀਡੀਓ ਬਣਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਡਾ ਰਿਪਲਾਈ ਕਰ ਦਾਂਗੀ। ਅਤੇ ਓਕੇ ਜੀ, ਥੈਂਕ ਯੂ।